ਮੈਂ ਅਸਲ 'ਚ ਤਾਂ ਨਹੀਂ ਪੜ੍ਹਿਆ ਪਰ ਮੈਂ ਕਿਤੋਂ ਅਨੁਵਾਦ ਪੜ੍ਹਿਆ ਕਿ ਚਾਣਕਿਆ ਕਹਿੰਦਾ ਕਿ ਜਿੱਥੇ ਸ਼ਾਮ ਦਾਮ ਦੰਡ ਭੇਦ ਖਤਮ ਹੋ ਜਾਵੇ ਉੱਥੇ ਭਾਵਨਾਵਾਂ ਨੂੰ ਹਥਿਆਰ ਬਣਾ ਲਓ। ਤਾਂ ਜਿਹੜੇ ਮਾਨਤਾਵਾਂ ਚੱਲਦੀਆਂ ਜਿਹੜੀਆਂ ਸਾਡੇ ਉਹ ਵੇਖਣੀਆਂ ਬਣਦੀਆਂ ਨੇ, ਕੜਵੜ ਪੰਜਾਬ ਵਾਲਿਆਂ ਨੇ ਜ਼ਰੂਰ ਬਣਦੀਆਂ ਵੇਖਣੀਆਂ। ਇੱਕ ਤਾਂ ਇਹ ਕਿ ਸਰਦਾਰ ਕਪੂਰ ਸਿੰਘ ਨੇ ਜਿਹੜਾ ਲਿਖ ਕੇ ਦੱਸਿਆ ਕਿਤੇ ਵੀ ਜੀ ਹਿੰਦੂ 50 ਸਾਲ ਪਹਿਲਾਂ ਸੋਚਦੇ ਆ, ਮੁਸਲਮਾਨ ਮੌਕੇ 'ਤੇ, ਸਿੱਖ ਬਾਅਦ ਸੋਚਦੇ ਆ। ਇਹ ਮਾਨਤਾ ਲੋਕ ਬੜੀ ਵਾਰ ਦੁਹਰਾਉਂਦੇ ਆ, ਇਹਦੇ ਦੁਹਰਾਉਣ ਦਾ ਕੀ ਮਤਲਬ ਹੈ? ਅਸੀਂ ਉਸ ਗੱਲ ਨੂੰ ਮਾਨਤਾ ਦੇਣ ਜਾ ਰਹੇ ਹਾਂ। ਇਹ ਇੱਕ ਮਾਨਤਾ ਸੋਚਣੀ ਬਣਦੀ ਆ ਕਿ ਅਸੀਂ ਇਹ ਕਿਵੇਂ ਕਹਿਣਾ ਚਾਹੁੰਦੇ ਹਾਂ। ਮੈਂ ਇਹਦੀ ਗੱਲ ਇਤਿਹਾਸ ਦੇ ਹਵਾਲੇ ਨਾਲ ਕਹਿਣਾ, ਜੇ ਸੱਚੀ ਮੁੱਚੀ ਬੰਦਿਆਂ ਨੂੰ ਭਵਿੱਖ ਦਿਸਦਾ ਹੁੰਦਾ ਤਾਂ ਜਿਹੜਾ ਇਤਿਹਾਸ ਇੱਥੇ ਹਿੰਦੁਸਤਾਨ ਦਾ ਹੋਇਆ ਹੋਇਆ ਉਹ ਇਦੋਂ ਮਾੜਾ ਵੀ ਹੋ ਸਕਦਾ ਸੀ? ਕਿਤੇ ਸਾਨੂੰ ਕੋਈ ਵੇਲਾ ਲੱਭਦਾ ਕਿਤੇ ਜਦੋਂ ਕੋਈ ਹਮਲਾ ਨਹੀਂ ਹੋ ਰਿਹਾ ਇੱਧਰੋਂ ਜਾਂ ਇੱਧਰੋਂ? ਅਤੇ ਜੇ ਬੰਦਿਆਂ ਨੂੰ 50 ਸਾਲ ਪਹਿਲਾਂ ਦੀਂਦਾ ਤਾਂ ਫਿਰ ਬੰਦੇ ਬਾਹਰ ਨੂੰ ਕਿਉਂ ਨਹੀਂ ਮੰਨ ਸਕਦੇ ਸੀ? ਜੇ ਉਹ ਸਿਆਣੇ ਹੁੰਦੇ ਬੰਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਸਿਆਣੇ ਨੇ, ਤਾਂ ਫਿਰ ਉਹ ਬੰਨ ਨੂੰ ਕਿਉਂ ਨਾ ਬੰਨ ਸਕਿਆ ਉਹਨਾਂ ਤੋਂ? ਇੱਕ ਪੰਕਤੀ ਗੁਰਬਾਣੀ 'ਚੋਂ, ਕੋਟੀ ਹੂੰ ਪੀਰ ਬਰਜ ਰਹਾਏ ਜਾਂ ਸੁਣਿਆ ਮੀਰ ਧਾਇਆ, ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ। ਅਸੀਂ ਇਹ ਧਾਰਨਾ ਕਿਉਂ ਦੁਹਰਾਉਂਦੇ ਹਾਂ? ਇਹ ਬੰਦ ਕਰਨੀ ਚਾਹੀਦੀ ਹੈ। ਤੁਸੀਂ ਚੁਟਕਲੇ ਵੇਖੋ ਆਪਣੇ, ਜੱਟ ਕੰਬਲੇ, ਬਾਣੀਆਂ ਸਿਆਣਾ, ਸਿੱਖ ਕੰਬਲੇ, ਬ੍ਰਾਹਮਣ ਸਿਆਣਾ, ਬਿਨਾਂ ਬ੍ਰਾਹਮਣ ਤੋਂ ਬਾਕੀ ਸਾਰੀਆਂ ਜਾਤਾਂ ਕੰਬਲੀਆਂ ਨੇ। ਇਹ ਕੀ ਹੈ? ਇਹ ਜਿਨ੍ਹਾਂ ਕੋਲ ਲੜ ਸਕਣ ਦੀ ਸਮਰੱਥਾ ਹੈ, ਜਿਨ੍ਹਾਂ ਕੋਲ ਮਰ ਸਕਣ ਦਾ ਸਮਰੱਥਾ ਹੈ, ਉਹਨਾਂ ਬਾਰੇ ਕੀ ਕਹਿੰਦੇ ਆ ਵੀ ਮੂਰਖ ਅਤੇ ਬਹਾਦਰ 'ਚ ਥੋੜ੍ਹਾ ਫਰਕ ਹੀ ਹੁੰਦਾ? ਇਹ ਜਿਹੜੀਆਂ ਮਾਨਤਾਵਾਂ ਨੇ 2-3, ਇਹ ਬਹੁਤ ਖਤਰਨਾਕ ਨੇ। ਅਸੀਂ ਸੁਣਾਉਂਦੇ ਉਹਨੂੰ ਹੱਸ ਕੇ, ਅਤੇ ਜਿਹੜਾ ਹਾਸਾ, ਜਿਹੜਾ ਮਜ਼ਾਕ ਹੈ, ਇਹ ਅਸਲ 'ਚ ਕਿਸੇ ਦੁੱਖ ਤੋਂ ਵੀ ਪਾਰ ਲੰਘ ਜਾਣ ਦਾ ਵੇੜਾ, ਜਦੋਂ ਬੰਦਾ ਬਿਸ਼ਰਮ ਹੋ ਜਾਂਦਾ ਵੀ ਦਾਲ ਡੁੱਲ ਗਈ ਭੁੰਜੇ ਯਾਰ ਭੁੰਜੇ ਖਾਣਗੇ, ਉਹ ਹਾਲਾਤ ਹੈ। ਵੀ ਜਦੋਂ ਅਸੀਂ ਇਹ ਹੱਲ ਕਰਨਾ ਚਾਹੁੰਦੇ ਹਾਂ ਆਪਣੀ ਮੁਸ਼ਕਲ ਨੂੰ, ਆਪਣੀ ਸਮੱਸਿਆ ਨੂੰ, ਤਾਂ ਇਹ ਪਹਿਲਾ ਇਹ ਕਿ ਆਪਣੇ ਆਪ ਦੇ ਬਾਰੇ 'ਚ ਜਿਹੜਾ ਕੁਝ ਵੀ ਨਾ ਬਾਚੀ ਹੈ, ਕੁਝ ਵੀ ਨਿਖੇਧਕ ਹੈ, ਕੁਝ ਵੀ ਨੈਗੇਟਿਵ ਹੈ, ਉਹਨੂੰ ਬੰਦ ਕਰਨਾ ਬਣਦਾ ਉਹਨੂੰ। ਦੂਜਾ, ਜਦੋਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਛੁਟਕਾਰਾ ਪਾਈਏ ਜਾਂ ਦੂਜਿਆਂ ਦੇ ਬਰਾਬਰ 'ਤੇ ਆਈਏ, ਤਾਂ ਪਹਿਲਾਂ ਮਨ 'ਚ ਗੱਲ ਆਉਣੀ ਚਾਹੀਦੀ ਹੈ ਕਿ ਅਸੀਂ ਬਰਾਬਰ ਦੇ ਹਾਂ। ਮੈਂ ਨਹੀਂ ਕਹਿੰਦਾ ਕਹੋ ਅਸੀਂ ਸਭ ਤੋਂ ਤਕੜੇ ਹਾਂ, ਨਹੀਂ, ਘੱਟੋ ਘੱਟ ਇਹ ਦਾਅਵਾ ਤਾਂ ਹੋਣਾ ਚਾਹੀਦਾ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਉਸ ਹਿਸਾਬ ਨਾਲ ਬੋਲੀ ਵੀ ਕਿਸੇ ਤੋਂ ਘੱਟ ਨਹੀਂ ਹੈ ਇਸ ਗੱਲ ਦੀ, ਸਾਡੇ ਕੋਲ ਉਹ ਸਾਡਾ ਜ਼ਰੂਰ ਬਣਦਾ। ਸਾਡੀਆਂ ਆਮ ਬੋਲਚਾਲ ਦੀਆਂ ਚੀਜ਼ਾਂ 'ਚ ਜਾਂ ਸੰਦਾਂ ਦੇ ਨਾਂ, ਘੱਟ ਤੋਂ ਘੱਟ ਸਾਨੂੰ ਇਹ ਚਾਹੀਦਾ ਕਿ ਅਸੀਂ ਪੂਰਾ ਜ਼ੋਰ ਲਾ ਕੇ ਉਹਨੂੰ ਸਿੱਧਾ ਕਰੀਏ ਆਪਦੀ ਗੱਲਬਾਤ ਨੂੰ। ਮਿਸਾਲ ਵਜੋਂ, ਚੰਗਾ ਭਲਾ ਥੱਲੇ ਭੁੰਜੇ ਭੋਏ ਸ਼ਬਦ ਨੇ ਪੰਜਾਬੀ 'ਚ, ਸਾਰਾ ਪੰਜਾਬ ਹੁਣ ਨੀਚੇ ਨੀਚੇ ਹੋ ਗਿਆ। ਹੈ ਤਾਂ ਇੱਕ ਸ਼ਬਦ ਹੈ ਪਰ ਇੱਕੋ ਸ਼ਬਦ ਹੀ ਸਾਰੇ ਕਿਸੇ ਨੂੰ ਬਦਲ ਦਿੰਦਾ। ਅਤੇ ਅਖੀਰ